ਅਸਲਾਮ ਦੋਸਤੋ, ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਪਏ ਅਰਸ਼ਦ ਅਲੀ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਅਰਸ਼ਦ ਅਲੀ। ਤੇ ਜਨਾਬ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਹਰ ਰੋਜ਼ ਕੋਸ਼ਿਸ਼ ਕਰਨਾ ਕਿ ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂ। ਤੇ ਜਨਾਬ, ਆ ਇੱਕ ਵੱਛੇ ਦੀ ਵੀਡੀਓ ਲੈ ਕੇ ਆਇਆ। ਇਹ ਜਨਾਬ ਮੈਂ ਪੁੱਛ ਲਾਂਗਾ ਭਾਅ ਜਾਫਰ ਨੂੰ ਵੀ ਇਹ ਭਾਅ ਕੁਰਬਾਨੀ ਲੱਗਦਾ ਕਿ ਨਹੀਂ। ਆਹ ਕੈਮਰਾਮੈਨ ਸਾਹਿਬ, ਇਸ ਆਪਣਾ ਵੱਛੇ ਦੀ ਤਸੱਲੀ ਕਰਾਓ ਜਨਾਬ। ਤੇ ਉਸ ਤੋਂ ਬਾਅਦ ਮੈਂ ਕਰਾਂਗਾ ਜਾਫਰ ਨਾਲ ਗੱਲ ਵੀ ਇਹ ਕਿਹੜੀ ਨਸਲ ਦਾ, ਕੀ ਇਹਦਾ ਹਿਸਾਬ ਕਿਤਾਬ ਹੈ। ਆਹ ਜਨਾਬ ਤੁਸੀਂ ਵੇਖ ਰਹੇ ਜੇ, ਮੇਰਾ ਕੈਮਰਾਮੈਨ ਤੁਹਾਨੂੰ ਵਿਖਾ ਰਿਹਾ ਜਨਾਬ। ਇਹ ਆਪਣਾ ਕੇਚ ਕਰਾਸ ਹੈ ਜਾਂ ਪੂਰਾ ਹੀ ਆਪਣਾ ਇੱਕ ਨਸਲ ਦਾ, ਉਹ ਮੈਂ ਭਾਅ ਜਾਫਰ ਨਾਲ ਕਰ ਲਾਂਗਾ। ਅਤੇ ਭਾਅ ਜਾਫਰ ਨੂੰ ਆਪਣਾ ਮਾੜਾ ਟੋਰੀ ਪਲਾਈ ਨੂੰ ਮਾੜਾ ਜਿਹਾ ਪਰਾਂ ਨੂੰ ਕਰਤੇ, ਅਤੇ ਇਹ ਜਨਾਬ ਤੁਸੀਂ ਵੇਖ ਰਿਹਾ ਜੇ। ਬਾਕੀ ਭਾਅ ਜਾਫਰ ਨੂੰ ਪੁੱਛ ਲਾਂਗੇ ਵੀ ਇਹ ਚੌਗਾ ਹੈ ਜਾਂ ਦੂੰਦਾ ਹੈ ਜਾਂ ਕੀ ਸ਼ਾਇ ਇਹਦਾ ਕੀ ਹਿਸਾਬ ਕਿਤਾਬ ਹੈ। ਅਤੇ ਇਹ ਮੈਂ ਪੁੱਛ ਲੈਂਦਾ ਭਾਅ ਜਾਫਰ ਨੂੰ। ਅਤੇ ਕੈਮਰਾਮੈਨ ਸਾਹਿਬ ਤੁਸੀਂ ਵਿਖਾਓ ਅਤੇ ਮੈਂ ਭਾਅ ਜਾਫਰ ਨਾਲ ਕਰ ਲੈਣਾ ਗੱਲ। ਬਾਕੀ ਜਨਾਬ ਇਹ ਸੀਲ ਸਾਹੂ ਹੈ, ਕੋਈ ਇਹ ਆਪਣਾ ਗਲ ਗੋਲ ਨਹੀਂ ਪੈਂਦਾ ਕਿਸੇ ਦੇ ਵੀ। ਆਹ ਮੈਂ ਵੀ ਕੋਲੇ ਖੜੋਤਾਂ ਅਤੇ ਭਾਅ ਜਾਫਰ ਨੇ ਵੀ ਫੜਿਆ ਹੋਇਆ। ਅਸਲਾਮ ਅਲੈਕਮ ਜੀ। ਵਾਲੇਕੁਮ ਅਸਲਾਮ। ਆਪਣਾ ਭਾਅ ਜਾਫਰ, ਆਪਣਾ ਇਹ ਜਿਹੜਾ ਵੱਛਾ ਹੈ, ਇਹ ਆਪਣਾ ਤੁਸੀਂ ਦੱਸਣਾ ਵੀ ਇਹ ਕੁਰਬਾਨੀ ਲੱਗ ਸਕਦਾ ਹੈ ਅਤੇ ਮੂੰਹ ਕੀ ਹੈ? ਇਹ ਜੀ ਜ਼ਰੂਰ ਲੱਗ ਸਕਦਾ, ਦੁੰਦਾ ਹੈਗਾ ਚੌਕ ਦੇ, ਹੁਣ ਥੋੜ੍ਹੇ ਥੋੜ੍ਹੇ ਦੰਦ ਕੱਢੀ ਖੜਾ, ਹੁਣ ਸੱਟੇ ਸੂ ਚੌਗਾ ਹੋ ਰਿਹਾ। ਅੱਛਾ ਅੱਛਾ ਅੱਛਾ। ਅਤੇ ਕੁਰਬਾਨੀ ਲੱਗੇਗਾ? ਜੀ ਇਨਸ਼ਾਅੱਲਾ ਲੱਗੇਗਾ ਜੀ। ਠੀਕ ਹੋ ਗਿਆ। ਇਹ ਵੈਸੇ ਮਣ ਕਿੰਨੇ ਦਾ ਤੁਹਾਡਾ ਹੈ ਕੋਈ ਅੰਦਾਜ਼ਾ? ਇਹ ਤਕਰੀਬਨ ਜੀ 6 ਮਣ ਹੈ। 6 ਮਣ ਤਕਰੀਬਨ। ਅਤੇ ਇਹਦੇ ਜਿਹੜੇ ਹੁਣ ਫਾਈਨਲ ਪੈਸੇ ਨੇ ਉਹ ਕਿੰਨੇ ਨੇ? ਫਾਈਨਲ ਪੈਸੇ ਜੀ ਇਹਦਾ 1,40,000 ਰੁਪਈਆ ਜੀ। ਇਹਦੇ ਵਿੱਚ ਕੋਈ ਮਾੜਾ ਮੋਟਾ ਪਿਆਰ ਮੁਹੱਬਤ ਕੋਈ ਹੋ ਜਾ ਸੀ ਜੀ? ਚਲੋ ਠੀਕ ਹੋ ਗਿਆ। ਤੇ ਮੂੰਹ ਤੋਂ ਤੁਸੀਂ ਕੀ ਦੱਸਿਆ? ਚੌਗਾ ਜੀ ਇਦੋਂ ਰਿਆਜ਼ ਲਿਆ। ਇਹ ਵਿਖਾਓ ਜੀ ਆਪਣਾ ਰਿਆਜ਼ ਸਾਹਿਬ ਇੱਧਰ ਆ ਕੇ ਆਪਣਾ ਭਾਅ ਜਾਫਰ ਕਹਿੰਦਾ ਵੀ ਮੂੰਹ ਵਿਖਾ ਦਿੰਦੇ ਆਪਾਂ ਵੀ ਇਹ ਕੀ ਬਲਾ ਹੈ। ਆਹ ਜਨਾਬ ਤੁਸੀਂ ਵੇਖ ਰਹੇ ਜੇ। ਹਾਂ ਠੀਕ ਹੋ ਗਿਆ ਜੀ। ਚੌਕ ਦੇ ਥੋੜ੍ਹੇ ਥੋੜ੍ਹੇ ਦੰਦੇ ਕੱਢ ਰਿਹਾ ਅਤੇ ਦੋ ਪੂਰੇ ਨੇ। ਇਹ ਜਨਾਬ 1,40,000 ਦਾ ਵੱਛਾ ਜਨਾਬ, ਕੁਰਬਾਨੀ ਲੱਗੇਗਾ, ਮੂੰਹ ਜਨਾਬ ਚੌਗਾ, ਤਕਰੀਬਨ ਕੋਈ 2-4 ਦਿਨਾਂ ਬਾਅਦ ਹੋ ਜਾਏਗਾ। ਅਤੇ ਬਾਕੀ ਦੀ ਤਸੱਲੀ ਭਾਅ ਜਾਫਰ ਨੂੰ ਪੁੱਛ ਲੈਂਦੇ ਹਾਂ। ਇਹ ਜੀ ਸਾਹੀਵਾਲ ਨਸਲ ਹੈ, ਫੁੱਲ ਕਲੀਅਰ ਕਲੀਅਰ, ਖਜਲੀਆਂ ਅੱਖਾਂ, ਸਿੰਘਾਂ ਤੋਂ ਗੋਨਾ, ਦੁੰਨੀ ਸੋਹਣੀ, ਦੁੰਨੀ ਵਿਖਾਈ ਆ ਰਿਹਾ, ਕੰਬਲ ਨੋ ਸਭ ਪੁਛਲ ਪੁਛਲ ਹਰ ਸ਼ੈ ਪੂਰੀ, ਕੋਈ ਦਾਗੀ ਨਹੀਂ, ਕੋਈ ਕੁਛ ਨਹੀਂ। ਕੁਰਬਾਨੀ ਤੇ ਇਨਸ਼ਾਅੱਲਾ ਕਲੀਅਰ ਲੱਗੇਗਾ ਜੀ। ਅੱਛਾ, ਕੁਰਬਾਨੀ ਤੇ ਜਦੋਂ ਮਰਜ਼ੀ ਲਾ ਲਓ ਯਾਨੀ ਕਿ। ਅਤੇ ਨੰਬਰ ਜਨਾਬ ਲਾਵਾਂਗਾ ਡਿਸਕ੍ਰਿਪਸ਼ਨ ਦੇ ਵਿੱਚ, ਇਸ ਨੰਬਰ 'ਤੇ ਜਨਾਬ ਤੁਸੀਂ ਕਾਲ ਕਰਨੀ ਹੈ। ਇਹ ਵੱਛਾ ਜਨਾਬ ਮੈਂ ਰੋਕ ਲਾਂਗਾ ਅਤੇ ਮੈਂ ਉਮੀਦ ਕਰਾਂਗਾ ਕਿ ਮੇਰੀ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਵੇਗੀ। ਅਤੇ ਮੇਰੀ ਜਿਹੜੀ ਅਗਲੀ ਵੀਡੀਓ ਹੈ ਉਹ ਵੇਖਣ ਵਾਸਤੇ ਜਨਾਬ ਚੈਨਲ ਨੂੰ ਕਰਨਾ ਹੁੰਦਾ ਸਬਸਕ੍ਰਾਈਬ ਅਤੇ ਬੈੱਲ ਆਈਕਾਨ ਦੇ ਬਟਨ 'ਤੇ ਮਾਰੋ ਹੱਥ, ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚੇ ਅਤੇ ਤੁਸੀਂ ਉਹ ਵੀਡੀਓ ਵੇਖ ਸਕੋ। ਮਿਲਦੇ ਹਾਂ ਜਨਾਬ ਅਗਲੀ ਵੀਡੀਓ 'ਚ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।